ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦੇ ਵਿੱਚ ਹੈ ਔਰ ਬਹੁਤ ਵਾਰ ਅਸੀਂ ਜਦੋਂ ਇਨਸਾਨੀ ਜਾਮੇ ਦੇ ਵਿੱਚ ਆਉਂਦੇ ਹਾਂ, ਇਨਸਾਨੀ ਵਜੂਦ ਦੇ ਵਿੱਚ ਜਿਹੜੀ ਚੰਨ ਆ ਬਹੁਤ ਸਾਰੇ ਬੰਦਿਆਂ ਦੀ ਮਨੁੱਖਾਂ ਦੀ ਹੁੰਦੀ ਹੈ, ਜਿਸ ਨੂੰ ਅਸੀਂ ਐਆਸ਼ੀ ਲਫ਼ਜ਼ ਆਮ ਤੌਰ 'ਤੇ ਇਸਤੇਮਾਲ ਹੁੰਦਾ ਹੈ। ਬਹੁਤ ਚੰਗਾ ਪਹਿਰਾਵਾ, ਜੇ ਸੋਨੇ ਦੇ ਗਹਿਣੇ ਹੋਣ ਜਾਂ ਸੋਨੇ ਦੇ ਹਾਰ ਔਰ ਦੂਸਰੇ, ਇਹ ਵੀ ਇੱਕ ਬਹੁਤ ਪ੍ਰਾਈਡ ਹੁੰਦਾ ਹੈ ਕਿ ਮੈਂ ਬਾਕੀਆਂ ਨਾਲੋਂ ਅਮੀਰ ਹੈ। ਜੇ ਕਿਸੇ ਦੇ ਕੋਲ ਸੋਹਣਾ ਸਰੀਰ ਹੋਏ, ਸੋਹਣੀ ਉਹਦੀ ਬਾਡੀ ਬਿਲਟ ਹੋਏ, ਤਾਂ ਬੰਦਾ ਉਸਦਾ ਵੀ ਹੰਕਾਰ ਕਰਦਾ। ਬਾਦਸ਼ਾਹਤ ਜਿਹੜੀ ਹੈ, ਰਾਜੇ ਉਹ ਹੋਰ ਵੀ ਹੰਕਾਰੀ ਹੁੰਦੇ ਨੇ, ਉਹਨਾਂ ਦੇ ਕੋਲ ਹਾਥੀ ਦੀ ਸਵਾਰੀ, ਘੋੜੇ ਦੀ ਸਵਾਰੀ। ਸੋ ਜ਼ਾਹਰ ਹੈ, ਜਿਹਨਾਂ ਦੇ ਕੋਲ ਧਨ ਔਰ ਦਿਖਾਵਾ ਹੁੰਦਾ, ਫਿਰ ਉਹਨਾਂ ਦੇ ਅੰਦਰ ਐਆਸ਼ੀ ਜਿਹਦਾ ਹਿੱਸਾ ਔਰਤਾਂ ਦੇ ਨਾਲ ਜਿਹੜੇ ਹੈ ਉਹ ਵੱਧ ਤੋਂ ਵੱਧ ਉਹਨਾਂ ਦੇ ਸੰਬੰਧ ਹੋਣ, ਇਹ ਵੀ ਇੱਕ ਉਹਨਾਂ ਦਾ ਜਿਹੜਾ ਇੱਕ ਪ੍ਰਾਈਡ ਹੁੰਦਾ। ਔਰ ਕੁੱਲ ਮਿਲਾ ਕੇ ਇਨ ਦਾ ਐਂਡ, ਕਿਉਂਕਿ ਇਹ ਸਾਰੇ ਸ਼ਬਦ ਦੇ ਵਿੱਚ ਇਸਤੇਮਾਲ ਗੁਰੂ ਸਾਹਿਬ ਨੇ ਇਹ ਸਾਰੇ ਸਵਾਦ ਜਾਂ ਡਿਜ਼ਾਇਰਸ ਜਾਂ ਚਾਹਤਾਂ ਕੀਤੀਆਂ ਨੇ, ਇਸ ਲਈ ਮੈਂ ਮੈਂਸ਼ਨ ਕਰ ਰਿਹਾ। ਪਰ ਜਦੋਂ ਬੰਦਾ ਉਹਦੇ 'ਚ ਇੰਡਲਜ ਹੋ ਰਿਹਾ ਹੁੰਦਾ, ਚੰਗੀ ਖੁਰਾਕ ਦੇ ਵਿੱਚ, ਚੰਗੇ ਖਾਣਿਆਂ 'ਚ, ਗਹਿਣਿਆਂ 'ਚ ਜਾਂ ਐਆਸ਼ੀ ਦੇ ਵਿੱਚ, ਉਹਨੂੰ ਇਹ ਭੁੱਲ ਜਾਂਦਾ ਕਿ ਅਲਟੀਮੇਟਲੀ ਮੈਂ ਸਵਾਹ ਦੇ ਨਾਲ ਰਲਣਾ, ਖੇਹ ਦੇ ਨਾਲ ਰਲਣਾ, ਮਿੱਟੀ ਹੋਣਾ, ਮੇਰਾ ਅੰਤ ਹੋਣਾ। ਔਰ ਉਹ ਉਸ ਹੰਕਾਰ ਦੇ ਵਿੱਚ ਉਹਨੂੰ ਆਪਣਾ ਅੰਤ ਔਰ ਜੀਵਨ ਦਾ ਮਕਸਦ ਭੁੱਲਿਆ ਹੁੰਦਾ। ਔਰ ਇਹ ਸ਼ਬਦ ਹੈ, ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ, ਕਾਨ ਕੁੰਡਲੀਆ ਬਸਤਰ ਉੱਡ ਲੀਆ, ਸੇਜ ਸੁਖਲੀਆ ਮਨ ਗਰਬਲੀਆ, ਰਹਾਓ ਤਲੈ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੇ ਧਰਨ ਗਡਲੀਆ, ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ, ਮਾਇਆ ਛਲੀਆ ਬਿਕਾਰ ਬਿਖਲੀਆ, ਸ਼ਰਨ ਨਾਨਕ ਪ੍ਰਭ ਪੁਰਖ ਦਇਆਲੀਆ। ਕਿ ਇਹ ਮਨੁੱਖ ਪਾਵਤ ਰਲੀਆ, ਰਲੀਆ ਮੌਜਾਂ, ਕਿ ਮੌਜਾਂ ਮਾਣਦਾ, ਚਾਰ ਚੁਫੇਰੇ ਉਸਨੂੰ ਬੇਪਰਵਾਹ ਹੋ ਕੇ ਉਹ ਮੌਜਾਂ ਐਆਸ਼ੀ ਦੇ ਵਿੱਚ ਲੱਗਿਆ। ਜੋਬਨ ਬਲੀਆ, ਕਿਉਂਕਿ ਉਸ ਨੂੰ ਆਪਣੀ ਜਵਾਨੀ ਦਾ ਬੜਾ ਮਾਣ ਹੈ। ਬਲੀਆ ਬਲਵਾਨ, ਜੋਬਨ ਕਿ ਮੈਂ ਜਵਾਨ ਹੈ, ਮੇਰੇ ਸਾਹਮਣੇ ਕੌਣ ਖਲੋ ਸਕਦਾ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਜਦੋਂ ਉਹ ਇਸ ਹੰਕਾਰ ਦੇ ਵਿੱਚ ਆਪਣੇ ਜੋਬਨ ਦੇ ਔਰ ਮੌਜਾਂ ਮਾਣਨ 'ਚ ਹੁੰਦਾ, ਉਹਨੂੰ ਇਹ ਭੁੱਲ ਜਾਂਦਾ ਕਿ ਅਲਟੀਮੇਟ ਹਕੀਕਤ ਰੱਬ ਹੈ, ਰੱਬ ਦੀ ਯਾਦ ਹੈ ਕਿ ਮੇਰਾ ਅੰਤ ਮਿੱਟੀ ਦੇ ਵਿੱਚ ਹੋਣਾ। ਉਹ ਬੇਸ਼ੱਕ ਸਾੜ ਕੇ ਹੋਏ, ਉਹ ਬੇਸ਼ੱਕ ਦਫਨਾ ਕੇ ਹੋਏ, ਅਲਟੀਮੇਟਲੀ ਮਿੱਟੀ ਹੈ, ਸਰੀਰ ਵੀ ਮਿੱਟੀ ਹੈ, ਤੇ ਇਹਨੇ ਮਿੱਟੀ ਦੇ ਵਿੱਚ ਹੀ ਵਾਪਸ ਜਾਣਾ। ਹੁਣ ਕਾਨ ਕੁੰਡਲੀ ਹੈ ਕਿ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਏ ਹੋਏ ਨੇ, ਸੋਨੇ ਦੇ ਗਹਿਣੇ ਨੇ। ਬਸਤਰ ਉੜਲੀ ਹੈ, ਬੜੇ ਬੜੇ ਕੀਮਤੀ ਬਸਤਰ, ਰੇਸ਼ਮ ਪੱਟ ਜਿਹਨੂੰ ਕਹਿੰਦੇ ਸੀ, ਇਸ ਕਿਸਮ ਦੇ ਬੜੇ ਕੀਮਤੀ ਕੱਪੜੇ, ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ। ਸੇਜ ਸੁਖਲੀਆ ਮਨ ਗਰਬਲੀਆ, ਕਿ ਬੜੇ ਆਰਾਮਦਾਇਕ ਉਸ ਦੇ ਪਹਿਰਾਵੇ, ਕਿ ਇਹ ਸਾਡਾ ਪਲੰਘ ਇੰਨੇ ਹਜ਼ਾਰ ਡਾਲਰ ਦਾ ਹੈ, ਇਹ ਫਰਨੀਚਰ ਅਸੀਂ ਕਰਤਾਰਪੁਰ ਤੋਂ ਮੰਗਵਾਏ, ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਅਮਰੀਕਾ ਕੈਨੇਡਾ 'ਚ ਮੈਂ ਦੇਖਿਆ ਉਹ ਉੱਥੋਂ ਮੰਗਵਾ ਰਹੇ ਹੁੰਦੇ ਨੇ, ਕਿਉਂਕਿ ਉੱਥੇ ਯੂਪੀ ਤੋਂ ਬੜੇ ਅੱਛੇ ਜਿਹੜੇ ਨੇ ਕਲਾ, ਜਿਹੜੇ ਲੱਕੜ ਦੇ ਮਿਸਤਰੀ, ਉਹ ਆ ਕੇ ਬਣਾਉਂਦੇ ਨੇ। ਵੈਸੇ ਇੱਥੇ ਚੀਨ ਤੋਂ ਵੀ ਮੰਗਵਾਉਂਦੇ ਨੇ। ਅਲਟੀਮੇਟਲੀ ਨੀਂਦ ਲਈ ਭਾਵੇਂ ਗੋਲੀਆਂ ਖਾਣੀਆਂ ਪੈਣ, ਜਿਹੜੀਆਂ ਜ਼ਮੀਨ 'ਤੇ ਸੁੱਤਿਆਂ ਵੀ ਨੀਂਦ ਆ ਜਾਂਦੀ ਹੈ। ਸੇਜ ਸੁਖਲੀ ਆ ਮਨ ਗਰਬਲੀ ਆ, ਕਿ ਬਹੁਤ ਵਧੀਆ ਬਿਸਤਰ ਹੈ, ਸੇਜ ਹੈ, ਅਤੇ ਮਨ ਦੇ ਵਿੱਚ ਬੜਾ ਹੰਕਾਰ ਹੈ, ਮਨ ਜਿਹੜਾ ਉਸ ਪ੍ਰਾਈਡ ਦੇ ਵਿੱਚ ਹੈ। ਤਲੈ ਕੁੰਚਰੀ ਹੈ, ਇਹ ਹੁਣ ਉਹਨਾਂ ਬਾਦਸ਼ਾਹਾਂ ਦੀ ਗੱਲ ਹੈ, ਕੁੰਚਰ ਹਾਥੀ ਨੂੰ ਕਹਿੰਦੇ ਨੇ, ਕਿ ਸਵਾਰੀ ਦੇ ਲਈ ਉਹਨਾਂ ਦੇ ਕੋਲ ਹਾਥੀ ਨੇ, ਉਹਨਾਂ ਦੇ ਥੱਲੇ ਹਾਥੀ ਦੀ ਸਵਾਰੀ ਹੈ। ਸਿਰ ਕਣਕ ਛਤਰੀ ਹੈ, ਕਣਕ ਸੰਸਕ੍ਰਿਤ ਦੇ ਵਿੱਚ ਸੋਨੇ ਨੂੰ ਕਹਿੰਦੇ ਨੇ, ਕਿ ਸਿਰ ਦੇ ਉੱਤੇ ਸੋਨੇ ਦਾ ਛਤਰ ਝੂਲ ਰਿਹਾ, ਥੱਲੇ ਹਾਥੀ ਦੀ ਸਵਾਰੀ ਹੈ। ਹਰ ਭਗਤ ਬਿਨਾਂ ਲੇ ਧਰਨ ਗੜਲੀ, ਉਸ ਬਾਦਸ਼ਾਹ ਨੂੰ ਇਹ ਭੁੱਲ ਜਾਂਦਾ
कि रब दी याद तो बिना अल्टीमेटली एंड तो वह जमीन ते ही होना है जी बिल्कुल कि भाई हूँ बहादुर शाह जफर बादशाह वेड़े का रंगून च बैठा है कैद उत्थे बैठा गजल लिख रहा है कि भाई उमरे दराज मांग कर लाए थे चार दिन दो आरजू में कट गए दो इंतजार में कितना है बद नसीब जफर दफन के लिए दो गज जमीन भी ना मिली कुए यार में लगता नहीं है दिल मेरा उजड़े दयार में दो गज जमीन कबर दो गज के भी उन्हें चाना ही दिती सी कि मैनू दिल्ली च दफनाया जाए अंग्रेजा ने कहा नहीं हूँ कितने वो बादशाह है तो कितने दो गज जमीन भी नहीं मिलती यो जहा बदनसीब भी मनुख अल्टीमेटली होंगे पर जो तख्त पर बैठा होंगे उस बादशाह भुल जाता है भी वह की है रूप सुंदरी है अनक इसत्री है हर रस बिन सब स्वाद फिकरी है आशी दे लई जिहड़े तुरे लोग ने कि वह मल्टीपल विमेन उन्हों का आनंद माणते ने रूप सुंदरी है अनक इसत्री है कि अड अड खूबसूरत औरतों की वो कंपनी नू लभदे ने हर रस बिन सब स्वाद फिकरी है पर किन्नी देर अल्टीमेटली तुसी उन्हां स्वादां दे विच फसे अखीर जिहड़ा ये सारे फिक्के स्वाद हो जांदे ने क्योंकि जिंदगी अंत वाल तुरदी है ते फिर इस गल दी समझ आंदी है माया छलिया बिकार बिखरी है बिखर हुंदा है जहर कि भी मैं जो कुछ करदा रहा है चंगे पहरावे आशी चंगा दिखावा अपनी जवानी का माण यह तो सारा एक छल सी एक धोखा सी कपट सी माया का जिदे च मैं फसया और बेकार बिखली है मैं उन्होंने जहरीले बेकारा दे विच अपनी जिंदगी गुजारी और अल्टीमेट गुरु साहब याद करवाते हैं शरण नानक प्रभ पुरख दयाली है दयावान कि हे इंसान उस रब की शरण दे विच आ जा उसकी शेल्टर दे विच आ जा उसके कदमों के उत्ते आके डिग पै उसके सामने अपना आप रख दे ये कह के कि हे वाहगुरु हे अल्लाह ताला तुसी दयावान हो तुसी करीम हो तुसी दया करन वाले हो तुसी तरस करन वाले हो शरण नानक प्रभ पुरख दयाली है फिर रब तुहानू अपने गल नाल ला के तुहाडे ये सारे विकारां दे गुनाह माफ़ कर देगा जी डॉक्टर साहब थोड़ा बहुत बहुत शुक्रिया तुसी आज दे अहम इशू ते आज दा विचार सारे दर्शकों नाल साझा कीता इस नाल अपनी व्यूअर्स को लेने इजाजत व्यूअर्स थोड़ा बहुत बहुत शुक्रिया तुसी अपने कीमती समय में समा कढ़ के सानू अपने राय ते सुझाव भेजे ने तो भेजते रहना साडे इस पते ते SOSHTV84.TV ते असी अपना प्रोग्राम लैके फिर दोबारा थोड़े रूबरू होवांगे तद तक लई मैनू ते अपना सुना गया दो देखते रहो TV84 बुला दिओ फतेह वाहेगुरू जी का खालसा वाहेगुरू जी की फतेह रब रख